ਮਨਜੀਤ ਕੌਰ ਬਰਾੜ ਦੀ ਮਿੰਨੀ ਕਹਾਣੀ ਰਿਸ਼ਤੇ ਦਾ ਨਿਗ ਆਮ ਕਿਹਾ ਜਾਂਦਾ ਹੈ ਮਾਂ ਮਰੇ ਤਾਂ ਮਾਸੀ ਜੀਵੇ ਪਰ ਉਹ ਕੀ ਕਰੇ ਜ ਜਦੀ ਮਾਂ ਮਰੀ ਨੂੰ ਅਜੇ ਮੈਨ ਨਹੀਂ ਹੋਇਆ ਹੋਏ ਤੇ ਮਾਸੀ ਵੀ ਚਲਾਣੇ ਪਾ ਜਾਏ ਮੇਰੀ ਮਾਂ ਤੇ ਮੇਰੀ ਮਾਸੀ ਦਾ ਬਹੁਤ ਹੀ ਪਿਆਰ ਸੀ ਮੇਰੀ ਮਾਸੀ ਦੂਰ ਦੇ ਰਿਸ਼ਤੇ ਚ ਮੇਰੀ ਤਾਈ ਵੀ ਲੱਗਦੀ ਸੀ ਜਦੋਂ ਦੀ ਮੈਂ ਸੁਰਤ ਸੰਭਾਲੀ ਸੀ ਮੈਂ ਹਮੇਸ਼ਾ ਦੋਹਾਂ ਨੂੰ ਇਕੱਠੇ ਦੇਖਿਆ ਸੀ ਜਾਂ ਤਾਂ ਮੇਰੀ ਮਾਸੀ ਸਾਡੇ ਕੋਲ ਰਹਿੰਦੀ ਜਾਂ ਮੇਰੀ ਮਾਂ ਉਸ ਕੋਲ ਭੈਣਾਂ ਦਾ ਇੰਨਾ ਡੂੰਗਾ ਪਿਆਰ ਦੇਖ ਕੇ ਆਮ ਲੋਕ ਤੇ ਰਿਸ਼ਤੇਦਾਰ ਕਹਿੰਦੇ ਵੀ ਲੱਗਦਾ ਜਿਵੇਂ ਸਰੀਰ ਦੋ ਹਨ ਪਰ ਜਾਨ ਇੱਕ ਹੋਵੇ ਜੇ ਕੋਈ ਘਰ ਆ ਕੇ ਪੁੱਛਦਾ ਕਿ ਮਾਂ ਕਿੱਥੇ ਆ ਦੂਜਾ ਹੱਸ ਕੇ ਕਹਿੰਦਾ ਜਿੱਥੇ ਮਾਸੀ ਉੱਥੇ ਮਾਂ ਉਹ ਇੱਕੋ ਜਿਹੀ ਸੂਟ ਪਾਉਂਦੀਆਂ ਕੋਈ ਵੀ ਚੀਜ਼ ਹੁੰਦੀ ਚਾਹੇ ਖਾਣ ਵਾਲੀ ਜਾਂ ਪਾਉਣ ਵਾਲੀ ਉਹ ਆਪਣੇ ਲਈ ਨਾ ਖਰੀਦ ਕੇ ਸਗੋਂ ਦੂਜੀ ਲਈ ਖਰੀਦਦੀਆਂ ਇੱਕ ਵਾਰ ਮੇਰੀ ਮਾਂ ਬਿਮਾਰ ਹੋ ਗਈ ਸੀ ਮੇਰੀ ਮਾਸੀ ਨੇ ਦੋ ਦਿਨ ਰੋਟੀ ਨਾ ਖਾਧੀ ਕਹਿੰਦੀ ਜਦੋਂ ਮੇਰੀ ਭੈਣ ਖਾਊਗੀ ਮੈਂ ਤਾਂ ਉਦੋਂ ਹੀ ਖਾਵਾਂਗੀ ਫਿਰ ਮੇਰੀ ਮਾਂ ਨੇ ਉਹਦੇ ਮੂੰਹ 'ਚ ਬੁਰਕੀ ਪਾਈ ਤੇ ਮੇਰੀ ਮਾਸੀ ਨੇ ਮੇਰੀ ਮਾਂ ਦੇ ਮੂੰਹ 'ਚ ਇੱਕ ਵਾਰ ਮੇਰੀ ਮਾਸੀ ਡਿੱਗ ਪਈ ਉਹਦੇ ਗਿੱਟੇ ਨੂੰ ਮੋਚ ਆ ਗਈ ਫਿਰ ਮੇਰੀ ਮਾਂ ਨੇ ਜੋ ਉਹਦੀ ਦੇਖਭਾਲ ਕੀਤੀ ਉਹਦੀ ਮਾਲਸ਼ਾਂ ਕਰ ਕਿਧਰੇ ਰੜਾ ਕੇ ਚੂਰੀਆਂ ਖਵਾ ਕਿਸੇ ਨੂੰ ਉਹਨੂੰ ਕੇਸੀ ਨਵਾ ਕੇ ਸਿਰ 'ਚ ਤੇਲ ਛਾਸੂ ਦੀ ਇੰਨੀ ਸੇਵਾ ਕੀਤੀ ਕਿ ਮਾਸੀ ਤਾਂ ਦਿਨਾਂ 'ਚ ਨਰੋਈ ਹੋ ਗਈ ਤੇ ਚੱਲਣ ਫਿਰਨ ਲੱਗ ਗਈ ਮਾਂ ਤੇ ਮਾਸੀ ਦੇ ਹੱਥਾਂ 'ਚ ਅਸੀਂ ਸਾਰੇ ਭੈਣ ਭਰਾ ਵੱਡੇ ਹੋਏ ਫਿਰ ਦੋਹਾਂ ਟੱਬਰਾਂ ਦੇ ਬੱਚੇ ਵਿਆਹ ਹੀ ਗਏ ਖਰਚ ਨੂੰ ਆ ਗਈਆਂ ਹੁਣ ਦੋਹਾਂ ਨੂੰ ਬਡਾਪੇ ਨੇ ਘੇਰ ਲਿਆ ਸੀ ਪਰ ਅਜੇ ਵੀ ਉਹ ਇੱਕ ਦੂਜੀ ਕੋਲ ਆਉਂਦੀਆਂ ਜਾਂਦੀਆਂ ਸੀ ਤੇ ਕੋਲੀ ਚ ਇੱਕ ਦੂਜੀ ਲਈ ਖਾਣ ਨੂੰ ਮਾੜੀ ਮੋਟੀ ਚੀਜ਼ ਲੈ ਕੇ ਆਉਂਦੀਆਂ ਮੇਰਾ ਇੱਕ ਭਰਾ ਕੈਨੇਡਾ ਰਹਿੰਦਾ ਸੀ ਉਹ ਕਾਫੀ ਸਮੇਂ ਤੋਂ ਮਾਂ ਨੂੰ ਉੱਥੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਮਾਂ ਨੇ ਬਥੇਰਾ ਟਾਲਮਟੋਲ ਕੀਤੀ ਪਰ ਭਰਾ ਨੇ ਕਿਹਾ ਇੱਕ ਵਾਰ ਚੱਲ ਜਦੋਂ ਕਹਾਂਗੇ ਛੱਡ ਜਾਾਂਗੇ ਅਖੀਰ ਮੇਰੀ ਮਾਂ ਕੈਨੇਡਾ ਚਲੀ ਗਈ ਸਾਡੇ ਕੋਲ ਮਾਸੀ ਢੇੜਾ ਮਾਰਦੀ ਰਹਿੰਦੀ ਸੀ ਇਸ ਕਰਕੇ ਸਾਡੀ ਮਾਂ ਦੀ ਕਮੀ ਮਾਸੀ ਨੇ ਪੂਰੀ ਕਰ ਰੱਖੀ ਸੀ ਪਰ ਸਾਡੀ ਮਾਸੀ ਜਿਵੇਂ ਅੰਦਰੋਂ ਖਾਲੀ ਹੋ ਗਈ ਸੀ ਬੇਸ਼ੱਕ ਉਹ ਬੋਲ ਕੇ ਨਹੀਂ ਸੀ ਦੱਸਦੀ ਪਰ ਅਸੀਂ ਉਹਦੀਆਂ ਨੰ ਅੱਖਾਂ ਦੇਖਦੇ ਸੀ ਚਿਹਰੇ ਤੇ ਉਦਾਸੀ ਸਾਨੂੰ ਸਾਫ਼ ਦਿਖਾਈ ਦਿੰਦੀ ਸੀ ਅਸੀਂ ਫੋਨ ਤੇ ਦੋਹਾਂ ਭੈਣਾਂ ਨੂੰ ਗੱਲਾਂ ਕਰਵਾਉਂਦੇ ਦੋਵੇਂ ਬੋਲਦੀਆਂ ਘੱਟ ਰੋਂਦੀਆਂ ਜ਼ਿਆਦਾ ਮੇਰੀ ਮਾਂ ਮੇਰੀ ਮਾਸੀ ਨੂੰ ਹੌਸਲਾ ਦੇਦਨੇ ਕਹਿੰਦੀ ਤੂੰ ਫਿਕਰ ਨਾ ਕਰ ਮੈਂ 2 ਮਹੀਨਿਆਂ ਬਾਅਦ ਤਾਂ ਆ ਹੀ ਜਾਣਾ ਇਹ ਸੁਣ ਕੇ ਮਾਸੀ ਚ ਫੁਰਤੀ ਜੀ ਆ ਜਾਂਦੀ ਤੇ ਉਹ ਦਿਨ ਗਿਣਨੇ ਸ਼ੁਰੂ ਕਰ ਦਿੰਦੀ ਕੁਈ 2 ਮਹੀਨੇ ਬਾਅਦ ਮੇਰੇ ਭਰਾ ਦਾ ਫੋਨ ਆਇਆ ਵੀ ਕੁਝ ਦਿਨਾਂ ਤੋਂ ਮਾਂ ਨੂੰ ਬੁਖਾਰ ਹੈ ਭੁੱਖ ਵੀ ਘੱਟ ਲੱਗਦੀ ਹੈ ਦਵਾਈਆਂ ਤਾਂ ਲੈ ਰਹੀ ਹੈ ਪਰ ਡਾਕਟਰ ਕਹਿੰਦਾ ਸੀ ਜੇ ਫਰਕ ਨਾ ਪਿਆ ਤਾਂ ਅਗਲੇ ਹਫਤੇ ਸਾਰੇ ਟੈਸਟ ਕਰਾਂਗੇ ਟੈਸਟ ਦੀ ਰਿਪੋਰਟ 'ਚ ਮਾਂ ਨੂੰ ਜਿਗਰ ਦਾ ਕੈਂਸਰ ਆ ਗਿਆ ਕੈਂਸਰ ਵੀ ਆਖਰੀ ਪੜਾ ਤੇ ਪਹੁੰਚਿਆ ਪਿਆ ਸੀ ਐਡੀ ਬਿਮਾਰੀ ਦਾ ਅਚਾਨਕ ਪਤਾ ਲੱਗਣਾ ਸਾਰਿਆਂ ਲਈ ਅਸਹਿ ਸੀ ਅਸੀਂ ਇੰਨਾ ਖਰਚ ਕਰਕੇ ਉੱਥੇ ਨਹੀਂ ਜਾ ਸਕਦੇ ਸੀ ਤੇ ਨਾ ਹੀ ਮੇਰੀ ਮਾਂ ਨੇ ਸਫਰ ਕਰਨਾ ਸੀ ਉਹਨ ਸਾਰਿਆਂ ਨੂੰ ਇੱਕੋ ਫਿਕਰ ਸੀ ਕਿ ਜੇ ਮਾਸੀ ਨੂੰ ਪਤਾ ਲੱਗ ਗਿਆ ਕਿ ਉਹਦੀ लाਡਲੀ ਭੈਣ ਕੁਝ ਮਹੀਨਿਆਂ ਦੀ ਮਹਿਮਾਨ ਹੈ ਤਾਂ ਉਹਦਾ ਕੀ ਹਾਲ ਹੋਏਗਾ ਸਮਾਂ ਗੁਜ਼ਰਦਾ ਗਿਆ ਇੱਕ ਦਿਨ ਮਾਸੀ ਨੇ ਪੁੱਛਿਆ "ਪੁੱਤ ਮੈਂ ਉਮਰ ਢਾਈ ਬੈਠੀ ਆਂ ਤੁਸੀਂ ਮੈਨੂੰ ਬੋਲ ਕੇ ਕੁਝ ਨਹੀਂ ਦੱਸਦੇ ਪਰ ਤੁਹਾਡੇ ਹਾਫ ਭਾਵ ਤੇ ਤੁਹਾਡੀ ਖਸੁਰ-ਖਸੁਰ ਤੋਂ ਮੈਨੂੰ ਪਤਾ ਲੱਗ ਗਿਆ ਵੀ ਮੇਰੀ ਭੈਣ ਠੀਕ ਨਹੀਂ ਹੈ ਕੀ ਹੋਇਆ ਉਹਨੂੰ" ਮਾਸੀ ਦੇ ਸਵਾਲ ਦਾ ਕੀ ਜਵਾਬ ਦੰਦੇ ਬਸ ਉਹਨੂੰ ਕਿਹਾ ਨਹੀਂ ਮਾਸੀ ਐਡੀ ਕੋਈ ਗੱਲ ਨਹੀਂ ਉਧਰ ਬਥੇਰੇ ਇਲਾਜ ਹੈ ਤੂੰ ਐਵੇਂ ਨਾ ਫਿਕਰ ਕਰੀ ਮਾਂ ਜੀ ਠੀਕ ਹੋ ਜਾਣਗੀ ਉਸਨ ਤੋਂ ਮਾਸੇ ਚੁੱਪਚੁਪ ਰਹਿਣ ਲੱਗ ਪਈ ਸਾਰਿਆਂ ਨੂੰ ਪਤਾ ਸੀ ਉਹ ਭੈਣ ਦੇ ਵਿਛੋੜੇ ਕਰਕੇ ਪਹਿਲਾਂ ਹੀ ਅੰਦਰੋਂ ਟੁੱਟੀ ਪਈ ਸੀ ਤੇ ਦੂਜਾ ਪਰਦੇਸਾਂ ਚੋਂ ਬਿਮਾਰ ਪਈ ਸੀ ਕੋਲ ਹੁੰਦੀ ਤਾਂ ਦੋਵੇਂ ਦੁੱਖ ਸੁੱਖ ਕਰ ਲੈਂਦੀਆਂ ਉਹ ਰੱਬ ਨੂੰ ਲਾਂਭਾ ਦਿੰਦੀ ਹੋਈ ਕਹਿੰਦੀ ਹਾਏ ਰੱਬਾ ਤੂੰ ਆਖਰੀ ਸਮੇਂ ਕਿਉਂ ਵਿਛੋੜਾ ਪਾਤਾ ਫਿਰ ਉਹੀ ਹੋਇਆ ਜਿਹਦਾ ਡਰ ਸੀ ਇੱਕ ਰਾਤ ਮੇਰੇ ਭਰਾ ਦਾ ਰੋਂਦੇ ਹੋਏ ਦਾ ਫੋਨ ਆਇਆ ਕਿ ਮਾਂ ਤਾਂ ਪੂਰੀ ਹੋ ਗਈ ਸਾਡਾ ਦੋਹਾਂ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਮਾਂ ਦਾ ਨਿੱਗਾ ਪਿਆਰ ਉਹਦੀ ਮਮਤਾ ਭਰੀ ਆਪਣਾ ਤੇ ਰੱਬ ਵਰਗਾ ਆਸਰਾ ਯਾਦ ਆਇਆ। ਮੇਰੇ ਭਰਾ ਨੇ ਕਿਹਾ ਮੈਂ ਭੋਗ ਤੋਂ ਪਹਿਲਾਂ ਹੀ ਮਾਂ ਦੇ ਫੁੱਲ ਇੰਡੀਆ ਲੈ ਕੇ ਆ ਰਿਹਾ। ਕਿਉਂਕਿ ਮਾਂ ਨੇ ਕਿਹਾ ਸੀ ਮੇਰੇ ਫੁੱਲ ਮੇਰੇ ਦੇਸ਼ ਹੀ ਪਾਇਓ। ਮੇਰੀ ਭੈਣ ਦਾ ਹੱਥ ਲਵਾ ਕੇ ਅਗਲੇ ਦਿਨ ਘਰ 'ਚ ਦਰਿਆ ਵਿਛੀਆਂ। ਰਿਸ਼ਤੇਦਾਰ ਤੇ ਪਿੰਡ ਵਾਲਿਆਂ ਦਾ ਆਉਣਾ ਸ਼ੁਰੂ ਹੋ ਗਿਆ। ਹਰ ਇੱਕ ਦੀ ਜ਼ੁਬਾਨ ਤੇ ਇੱਕੋ ਗੱਲ ਸੀ ਕਿ ਬੜਾ ਮਾੜਾ ਹੋਇਆ ਜੇ ਪਤਾ ਹੋਵੇ ਤਾਂ ਕੋਈ ਆਪਣਾ ਪਿੰਡ ਤੇ ਘਰਬਾਰ ਛੱਡ ਕੇ ਕਿਉਂ ਜਾਵੇ। ਕੋਈ ਕਹਿੰਦਾ ਵੀ ਉਹ ਉਦੀ ਉੱਥੇ ਲਿਖੀ ਸੀ ਹੌਣੀ ਖਿੱਚ ਕੇ ਲੈ ਗਈ ਧਰਤੀ ਥੋੜਾ ਚੱਲ ਕੇ ਆਉਂਦੀ ਹੈ ਬੰਦਾ ਹੀ ਚੱਲ ਕੇ ਜਾਂਦਾ ਸਾਰੀ ਉਮਰ ਕੱਠੀਆਂ ਰਹੀਆਂ ਭੈਣਾ ਅਖੀਰਲੇ ਸਮੇਂ ਮੂ ਵੀ ਨਾ ਵੇਖਣ ਦਿੱਤਾ ਰੱਬ ਨੇ ਮੇਰੇ ਭਰਾ ਨੇ ਮੇਰੀ ਮਾਂ ਦੇ ਫੁੱਲ ਲਿਆ ਕੇ ਮੇਰੀ ਮਾਸੀ ਨੂੰ ਜਦੋਂ ਫੜਾਏ ਤਾਂ ਮਾਸੀ ਨੇ ਫੜ ਕੇ ਆਪਣੀ ਹਿੱਕ ਨਾਲ ਲਾ ਲਈ ਲੱਗੀ ਵੈਣ ਪਾਉਣ ਹਾਈ ਨਹੀਂ ਮੇਰੀ ਇਹ ਅੰਮਾ ਜਾਈਏ ਭੈਣੇ ਨਹੀਂ ਦੇਗੀ ਬਗੋਚਸ ਮੈਨੂੰ ਨਿੱਕੀ ਜਦ ਤੱਕ ਫੁੱਲ ਤਾਰ ਕੇ ਨਹੀਂ ਆਏ ਮੇਰੀ ਮਾਸੀ ਨੇ ਆਪਣੀ ਬੁੱਕਲ ਚ ਹੀ ਰੱਖੇ ਮੇਰੀ ਮਾਂ ਦੇ ਵਿਛੋੜੇ ਦਾ ਗਮ ਮੇਰੀ ਮਾਸੀ ਤੋਂ ਸਹਾਰਿਆ ਨੰਗਿਆ ਤੇ ਮਹੀਨੇ ਬਾਅਦ ਹੀ ਮੇਰੀ ਮਾਸੀ ਵੀ ਚਲਵਸੀ ਹੁਣ ਵੀ ਅਸੀਂ ਦੋਵੇਂ ਪਰਿਵਾਰ ਆਪਸ ਮਿਲਦੇ ਰਹਿੰਨੇ ਆ ਬੀਤੇ ਸਮੇਂ ਦੀ ਆਪਣਾਤ ਤੇ ਮਾਂ ਮਾਸੀ ਦੇ ਪਿਆਰ ਦੀਆਂ ਗੱਲਾਂ ਕਰਦੇ ਰਹਿੰਨੇ ਆ ਅੱਜ ਕੱਲ ਪਰਿਵਾਰ ਬਹੁਤ ਸੀਮਤ ਹੋ ਗਏ ਐ ਬਹੁਤੇ ਪਰਿਵਾਰਾਂ ਚ ਵਿਆਹ ਮਗਰੋਂ ਜੇ ਪਹਿਲਾ ਬੱਚਾ ਲੜਕਾ ਹੋ ਜਾਏ ਤਾਂ ਦੂਜਾ ਬੱਚਾ ਲੈਣ ਬਾਰੇ ਸੋਚਦੇ ਵੀ ਨਹੀਂ ਅਜੇ ਇਕੱਲੇ ਬੱਚਿਆਂ ਨੂੰ ਭੈਣ ਭਰਾ ਤੇ ਗੁਮਾਸੀ ਭੂਆ ਦੇ ਰਿਸ਼ਤੇ ਬਾਰੇ ਕੀ ਪਤਾ ਲੱਗੇਗਾ ਜਿ ਕਿਸੇ ਘਰ ਦੋ ਭੈਣਾਂ ਹੋਣਗੀਆਂ ਤਾਂ ਮਾਸੀ ਦਾ ਰਿਸ਼ਤਾ ਬਣੇਗਾ। ਕੁਝ ਰਿਸ਼ਤੇ ਤਾਂ ਲੂਪ ਹੋ ਗਏ ਐ ਤੇ ਜੋ ਰਿਸ਼ਤੇ ਹਨ ਮੋਬਾਈਲ ਤੇ ਨੈਟ ਨੇ ਖਤਮ ਕਰ ਦਿੱਤੇ। ਹੁਣ ਕੋਈ ਮਾਤਾ ਪਿਤਾ ਨਾਲ ਜੁੜ ਕੇ ਨਹੀਂ ਬੈਠਦਾ। ਘਰ 'ਚ ਰਹਿ ਕੇ ਵੀ ਬੱਚੇ ਦੂਰ ਵਾਲਿਆਂ ਨਾਲ ਗੱਲਾਂ ਕਰ ਕਰ ਹੱਸੀ ਜਾਂਦੇ ਐ। ਉਹਨਾਂ ਦੇ ਦੋਸਤਾਂ ਮਿੱਤਰਾਂ ਦਾ ਦਾਇਰਾ ਇੰਨਾ ਵੱਡਾ ਹੋ ਗਿਆ ਕਿ ਉਹਨਾਂ ਦੇ ਖਾਸ ਰਿਸ਼ਤੇ ਗਵਾਚ ਗਏ ਲੱਗਦੇ ਐ। ਬੱਚਿਆਂ ਨੂੰ ਤਾਂ ਨਹੀਂ ਪਤਾ ਪਰ ਘਰ ਦੇ ਵੱਡੇ ਬਜ਼ੁਰਗਾਂ ਤੇ ਮਾਤਾ ਪਿਤਾ ਨੂੰ ਚਾਹੀਦਾ ਐ। ਕਿ ਉਹਨਾਂ ਨੂੰ ਰਿਸ਼ਤਿਆਂ ਦੀ ਆਪਣਤ ਤੇ ਨਿੱਘ ਤੋਂ ਜਾਣੂ ਕਰਾਉਣ ਤਾਂ ਕਿ ਉਹ ਪਿਆਰ ਹਮਦਰਦੀ ਸੁੱਖ ਦੁੱਖ ਤੇ ਵਿਛੋੜੇ ਆਦ ਨੂੰ ਮਹਿਸੂਸ ਕਰਨ ਕਿਤੇ ਅਜਿਹਾ ਨਾ ਹੋਵੇ ਕਿ ਉਹਨਾਂ ਦੀ ਜ਼ਿੰਦਗੀ ਕੇਵਲ ਪਦਾਰਥਵਾਦੀ ਬਣ ਕੇ ਹੀ ਰਹਿ ਜਾਏ